ਤੁਸੀਂ ਵੇਖਦੇ ਹੋ ਹਲਚਲ ਟੀਵੀ ਪੰਜਾਬੀ ਮੈਂ ਗਨੂਰ ਸਿੰਘ ਹਰ ਸਾਲ 21 ਅਕਤੂਬਰ ਦੇ ਦਿਨ ਯਾਨੀ ਕਿ ਅੱਜ ਪੂਰੇ ਭਾਰਤ ਵਿੱਚ ਪੁਲਿਸ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਤੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਹੈੱਡਕੁਆਰਟਰਾਂ 'ਚ ਇਸ ਸੰਬੰਧੀ ਸਮਾਗਮ ਵੀ ਹੁੰਦੇ ਹਨ ਇਸ ਵਾਰ ਪੂਰਾ ਹਫ਼ਤਾ ਜਾਗਰੂਕ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਜ਼ਿਲ੍ਹਾ ਪਟਿਆਲਾ ਪੁਲਿਸ ਦੇ ਵੱਲੋਂ 21 ਅਕਤੂਬਰ ਨੂੰ ਪੁਲਿਸ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ SSP ਪਟਿਆਲਾ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ COVID-19 ਦੇ ਚਲਦੇ ਪੰਜਾਬ ਪੁਲਿਸ ਦੇ ਕਈ ਜਵਾਨ ਇਸ ਮਹਾਮਾਰੀ ਦੀ ਚਪੇਟ ਵਿੱਚ ਆ ਗਏ ਸੀ ਜੋ ਕਿ ਮੁਲਾਜ਼ਮ ਇਸ ਬਿਮਾਰੀ ਨਾਲ ਠੀਕ ਹੋ ਚੁੱਕੇ ਨੇ ਤੇ ਉਹ ਆਪਣਾ ਪਲਾਜ਼ਮਾ ਅਤੇ ਮਰੀਜ਼ਾਂ ਦੇ ਲਈ ਦਾਨ ਕਰਨ ਉਪਰੰਤ ਅੱਜ ਸਰਕਾਰੀ ਰਜਿੰਦਰਾ ਹਸਪਤਾਲ 'ਚ ਸੈਂਪਲ ਦੇਣ ਆਏ ਸੀ ਤੇ ਜਿਸ ਦੀ ਰਿਪੋਰਟ ਅੱਜ ਮਿਲੇਗੀ ਤੇ ਅੱਜ ਹੀ 21 ਅਕਤੂਬਰ ਨੂੰ ਪਟਿਆਲਾ ਪੁਲਿਸ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਤੇ ਅੱਜ ਹੀ 21 ਅਕਤੂਬਰ ਨੂੰ ਪਟਿਆਲਾ ਪੁਲਿਸ ਸ਼ਹੀਦੀ ਪੁਲਿਸ ਦਿਵਸ ਮਨਾ ਰਹੀ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ 21 ਅਕਤੂਬਰ ਪੁਲਿਸ ਸ਼ਹੀਦੀ ਦਿਹਾੜੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਟਿਆਲਾ ਪੁਲਿਸ ਵੱਲੋਂ ਤਕਰੀਬਨ 17 ਤੋਂ 20 ਮੁਲਾਜ਼ਮਾਂ ਨੇ ਜਿਹੜੇ ਕਿ ਕੋਵਿਡ ਵਾਰੀਅਰਸ ਸੀਗੇ ਜਿਨ੍ਹਾਂ ਨੇ ਡਿਸਾਈਡ ਕੀਤਾ ਕਿ ਅਸੀਂ ਪਲਾਜ਼ਮਾ ਡੋਨੇਟ ਕਰਾਂਗੇ ਇਸ ਮੁਹਿੰਮ ਨੂੰ ਸਾਹਮਣੇ ਰੱਖਦੇ ਹੋਏ ਰਜਿੰਦਰਾ ਹੋਸਪਿਟਲ ਦੇ ਵਿੱਚ ਅੱਜ ਇਹਨਾਂ ਮੁਲਾਜ਼ਮਾਂ ਨੇ ਇਹਨਾਂ ਆਫਿਸਰਸ ਨੇ ਇਨਕਲੂਡਿੰਗ ਟੂ ਆਫ ਆਰ DSPs ਆਲਸੋ ਇਹਨਾਂ ਨੇ ਡਿਸਾਈਡ ਕੀਤਾ ਕਿ ਇਹ ਆਪਣਾ ਚੈੱਕਅਪ ਕਰਾਉਣਗੇ ਤਾਂ ਕਿ ਇਹ ਪਰਖਿਆ ਜਾ ਸਕੇ ਕਿ ਪਲਾਜ਼ਮਾ ਡੋਨੇਟ ਇਹਨਾਂ ਪਾਸੋਂ ਕੀਤਾ ਜਾ ਸਕਦਾ ਜਾਂ ਨਹੀਂ ਜਿਵੇਂ ਰਿਪੋਰਟ ਆਉਂਦੀ ਹੈ ਤਾਂ ਕਿਉਂਕਿ ਅੱਜ 20 ਅਕਤੂਬਰ ਹੈ ਕੱਲ੍ਹ ਦੁਪਹਿਰ ਤੱਕ ਪਲਾਜ਼ਮਾ ਡੋਨੇਟ ਕਰਨ ਦੀ ਜਿਹੜੀ ਕਾਰਵਾਈ ਹੈ ਉਹ ਇਹਨਾਂ ਯੋਧਿਆਂ ਵੱਲੋਂ ਪਾਈ ਜਾਊਗੀ ਇਸੇ ਤਰ੍ਹਾਂ ਹੀ 21 ਅਕਤੂਬਰ ਨੂੰ ਮੁੱਖ ਰੱਖਦੇ ਹੋਏ ਬਲੱਡ ਡੋਨੇਸ਼ਨ ਕੈਂਪ ਵੀ ਜ਼ਿਲ੍ਹਾ ਪੁਲਿਸ ਪਟਿਆਲਾ ਵੱਲੋਂ ਆਰਗਨਾਈਜ਼ ਕੀਤਾ ਜਾਊਗਾ ਕੱਲ੍ਹ ਪਰੇਡ ਤੋਂ ਬਾਅਦ ਉੱਥੇ ਮੁੱਖ ਮਹਿਮਾਨ IG ਪਟਿਆਲਾ ਸਾਹਿਬ ਅਤੇ ਹੋਰ ਵੀ ਪਤਵੰਤੇ ਸ਼ਾਮਿਲ ਹੋਣਗੇ ਤਕਰੀਬਨ 50 ਤੋਂ 60 ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਹੈ ਇਹਦੇ ਵਿੱਚ ਬਲੱਡ ਡੋਨੇਟ ਕਰਨਗੇ ਸਰ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਾਰਿਆਂ ਨੂੰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਪਟਿਆਲਾ ਵੱਲੋਂ ਮੈਂ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਤਾਂ ਜਿਵੇਂ ਇੱਕ ਇਹ ਵੇਵ ਜੀ ਉੱਠੀ ਹੈ ਕਿ ਕਰੋਨਾ ਕਿ ਸ਼ਾਇਦ ਖਤਮ ਹੋ ਰਿਹਾ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਆਪਾਂ ਯਕੀਨ ਨਾ ਕਰਦੇ ਹੋਏ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੀਏ ਮਾਸਕ ਵਗੈਰਾ ਜਿਹੜੇ ਆ ਉਹ ਪਾ ਕੇ ਰੱਖੀਏ ਅਤੇ ਹੱਥ ਵਗੈਰਾ ਆਪਾਂ ਜਿਹੜੇ ਆ ਉਹ ਧੋਂਦੇ ਰਹੀਏ ਤਾਂ ਕਿ ਇਹ ਬਿਮਾਰੀ ਇੱਕ ਫਿਰ ਤੋਂ ਨਵਾਂ ਸਪਾਈਕ ਨਾ ਲੈ ਸਕੇ ਇਸ ਦੇ ਨਾਲ ਹੀ ਜਿਹੜੇ ਐਲੀਜੀਬਲ ਨੌਜਵਾਨ ਕੋਵਿਡ ਵਾਰੀਅਰਸ ਹੈਗੇ ਆ ਜਿਨ੍ਹਾਂ ਨੂੰ ਤਕਰੀਬਨ 45 ਤੋਂ 50 ਦਿਨ ਹੋ ਗਏ ਅਤੇ ਜੋ ਕਿ ਪਲਾਜ਼ਮਾ ਡੋਨੇਟ ਕਰ ਸਕਦੇ ਆ ਉਹ ਆਉਣ ਵਾਲੇ ਸਮੇਂ ਵਿੱਚ ਕੋਵਿਡ ਮਰੀਜ਼ਾਂ ਲਈ ਆਪਣਾ ਪਲਾਜ਼ਮਾ ਡਾਕਟਰ ਦੀ ਰਾਏ ਹੇਠਾਂ ਡੋਨੇਟ ਕਰ ਸਕਦੇ ਆ